ਪਿਸਤੌਲ ਦੀ ਨੋਕ ਤੇ ਇੱਕ ਵਪਾਰੀ ਦੇ ਕੋਲੋਂ ਗੱਡੀ ਖੋਈ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਵਪਾਰੀ ਫਿਰੋਜ਼ਪੁਰ ਤੋਂ ਜਦੋਂ ਬਟਾਲਾ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਲੁਟੇਰੇ ਵੀ ਇੱਕ ਗੱਡੀ ਦੇ ਵਿੱਚ ਸਵਾਰ ਹੁੰਦੇ ਰਹੇ ਤੇ ਉਹ ਵਪਾਰੀ ਦੇ ਪਿੱਛੇ ਲੱਗ ਜਾਂਦੇ ਨੇ। ਜਿਵੇਂ ਹੀ ਵਪਾਰੀ ਦੇ ਵੱਲੋਂ ਖਤਰੇ ਨੂੰ ਦੇਖਿਆ ਜਾਂਦਾ ਹੈ ਤਾਂ ਉਹ ਆਪਣੀ ਗੱਡੀ ਨੂੰ ਤੇਜ਼ ਭਜਾਉਂਦਾ ਹੈ। ਪਰ ਕਿਹਾ ਜਾ ਰਿਹਾ ਕਿ ਲੁਟੇਰੇ ਵੀ ਇੱਕ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਆਪਣੀ ਗੱਡੀ ਵਪਾਰੀ ਦੇ ਗੱਡੀ ਦੇ ਬਰਾਬਰ ਲਗਾ ਦਿੱਤੀ ਜਾਂਦੀ ਹੈ ਤੇ ਵਪਾਰੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ। ਜਦੋਂ ਨਹੀਂ ਰੁਕਦਾ ਤਾਂ ਉਸਨੂੰ ਪਿਸਤੌਲ ਦਿਖਾਇਆ ਜਾਂਦਾ, ਜਿਸ ਤੋਂ ਬਾਅਦ ਵਪਾਰੀ ਆਪਣੀ ਗੱਡੀ ਨੂੰ ਸੜਕ ਤੇ ਹੀ ਖੜੀ ਕਰ ਦਿੰਦਾ, ਜਿਸ ਤੋਂ ਬਾਅਦ ਉਸਦੇ ਕੋਲੋਂ ਹਥਿਆਰਾਂ ਦੇ ਦਮ ਤੇ ਗੱਡੀ ਖੋ ਲਈ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ 30,000 ਰੁਪਏ ਦੇ ਕਰੀਬ ਉਸਦੇ ਕੋਲ ਨਕਦੀ ਸੀ। ਇਸ ਤੋਂ ਇਲਾਵਾ ਸੋਨੇ ਦੀਆਂ 2 ਮੁੰਦਰੀਆਂ ਵੀ ਉਸਦੇ ਕੋਲੋਂ ਖੋ ਲਈਆਂ ਜਾਂਦੀਆਂ ਨੇ ਤੇ ਲੁਟੇਰੇ ਉਸਦੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਉਸ ਵਪਾਰੀ ਦੇ ਵੱਲੋਂ ਪੁਲਿਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਫਿਲਹਾਲ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਰਨਤਾਰਨ ਦੇ ਬਠਿੰਡਾ ਨੈਸ਼ਨਲ ਹਾਈਵੇ 54 ਦੇ ਉੱਤੇ ਇੱਕ ਗੱਡੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਦੇਰ ਰਾਤ ਇਸ ਹਾਈਵੇ ਦੇ ਉੱਪਰ ਇੱਕ ਵਪਾਰੀ ਦੇ ਕੋਲੋਂ ਜਿਹੜਾ 2 ਵਜੇ ਕਰੀਬ ਬਠਿੰਡੇ ਵਾਲੀ ਸਾਈਡ ਤੋਂ ਆ ਰਿਹਾ ਸੀ ਔਰ ਵਪਾਰੀ ਦੇ ਕੋਲੋਂ ਜਿਹੜੀ ਆ ਕਾਰ ਖੋਈ ਗਈ ਹੈ। ਹਾਲਾਂਕਿ 3 ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਕਰੇਟਾ ਸਵਾਰ ਯੁਵਕ ਜਿਹੜੇ ਆਉਂਦੇ ਨੇ ਔਰ ਬ੍ਰੀਜ਼ਾ ਗੱਡੀ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਬ੍ਰੀਜ਼ਾ ਗੱਡੀ ਨੂੰ ਜਿਹੜਾ ਉੱਥੇ ਖੋਇਆ ਜਾਂਦਾ ਹੈ। ਜੇ ਗੱਲ ਕੀਤੀ ਜਾਵੇ ਤਾਂ ਪਿਸਤੌਲ ਦੇ ਬਲ ਤੇ 3 ਲੁਟੇਰਿਆਂ ਵੱਲੋਂ ਇਹ ਵਪਾਰੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। 30,000 ਰੁਪਏ ਦੇ ਕਰੀਬ ਨਕਦੀ ਔਰ 2 ਅੰਗੂਠੀਆਂ ਸੋਨੇ ਦੀਆਂ ਜਿਹੜੀਆਂ ਨੇ ਖੋਈਆਂ ਗਈਆਂ ਨੇ। ਫਿਲਹਾਲ ਤਰਨਤਾਰਨ ਪੁਲਿਸ ਔਰ ਸੀ ਐਸ ਸਟਾਫ ਦੀਆਂ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਮੈਂ ਫਿਰੋਜ਼ਪੁਰ ਤੋਂ ਆ ਰਿਹਾ ਸੀ ਅਤੇ ਇੱਥੇ ਪਿੰਡ ਵਿੱਚੋਂ ਆ ਜਿਹੜਾ ਪਿੰਡ ਤਤਲ ਇੱਥੇ ਆਣ ਕੇ ਮੇਰੇ ਪਿੱਛੋਂ ਗੱਡੀ ਦੇ ਪਿੱਛੇ ਆਈ ਮੇਰੀ ਇੱਕ, ਮੈਂ ਦੇਖੀ ਵੀ ਗੱਡੀ ਮੇਰੇ ਮਗਰ ਚੜ੍ਹੀ ਆ ਸਲੋ ਸਪੀਡ 'ਤੇ, ਮੇਰੀ ਗੱਡੀ ਦੀ ਸਪੀਡ ਥੋੜ੍ਹੀ ਘੱਟ ਸੀ। ਉਹ ਵੇਖਿਆ ਵੀ ਲਾਈਟ ਨਹੀਂ ਜਗਦੀ, ਉਹਨੂੰ ਮੈਂ ਆਪਣੀ ਗੱਡੀ ਥੋੜ੍ਹੀ ਤੇਜ਼ ਕੀਤੀ, ਉਹਨੇ ਮੈਨੂੰ ਡਿੱਪਰ ਦੇ ਕੇ ਮੇਰੇ ਨੂੰ ਪਾਸ ਕੀਤਾ, ਗੱਡੀ ਪਾਸ ਕਰਕੇ ਉਸ ਤੋਂ ਬਾਅਦ ਵੇਖਿਆ ਮੈਂ ਉਹਨਾਂ ਦੀ ਨੰਬਰ ਪਲੇਟ ਦਾ ਅਤੇ ਮਿੱਟੀ ਲੱਗੀ। ਮੈਂ ਆਪਣੇ ਬੰਦੇ ਨੂੰ ਕਿਹਾ, ਮੈਂ ਕਿਹਾ ਬੰਦੇ ਗਲਤ ਜਾਪਦੇ ਆ, ਮੈਂ ਗੱਡੀ ਤੇਜ਼ ਕੀਤੀ, ਉਹਨਾਂ ਨੂੰ ਕ੍ਰਾਸ ਕਰਤਾ, ਉਹ ਕ੍ਰਾਸ ਕਰਤਾ ਮੈਨੂੰ ਉਹਨਾਂ ਕੱਟ ਮਾਰ ਰਿਹਾ, ਨਾ ਕਰੀ ਮੈਂ ਕਰ ਲਈ ਤੇਜ਼ ਕਰ ਲਈ। ਉਸ ਤੋਂ ਬਾਅਦ ਫਿਰ ਮੇਰੇ ਅੱਗੋਂ ਜਦੋਂ ਫਿਰ ਦੁਬਾਰਾ ਮੈਨੂੰ ਪਾਸ ਕਰਕੇ ਉਹਨਾਂ ਰਿਵਾਲਵਰ ਕੱਢ ਲਈ, ਕਨੈਕਟਰ ਸਾਈਡ ਵਾਲੇ ਬੰਨੇ ਰਿਵਾਲਵਰ ਕੱਢ ਕੇ ਅਤੇ ਉਹ ਮਤਲਬ ਕਿ ਦਿਖਾਉਣ ਲੱਗ ਪਏ ਵੀ ਬੰਦ ਕਰ, ਖਿਲਾਰ ਗੱਡੀ ਉਹ ਖਿਲਾਰ ਹੋ ਗਏ, ਸਲੋ ਕਰਕੇ ਸੈਂਟ ਸੜਦੇ ਉਸ ਘਰ ਉਹਨੇ ਖਿਲਾਰ ਦੀ, ਸੜਦੇ ਉਸ ਘਰ ਖਿਲਾਰਨ ਦੇ ਕਾਰਨ ਉਸ ਤੋਂ ਬਾਅਦ ਮੇਰੇ ਕੋਲ ਉਹਨੇ ਸਾਨੂੰ ਵੀ ਖਿਲਾਰਨੀ ਪਈ। ਉਹ ਕਹਿੰਦੇ ਜੀ ਤੁਸੀਂ ਰੇਸਾ ਲਾਉਂਦੇ ਗੋਲੀ ਮਾਰੋ ਗੱਡੀ ਹੋੜੋ, ਮੈਂ ਕਿਹਾ ਗੱਡੀ ਲੈ ਲਓ ਜੀ, ਗੱਡੀ ਦੇ ਤੀ। ਗੱਡੀ ਦੇਣ ਤੋਂ ਬਾਅਦ ਕਹਿੰਦੇ ਜੀ ਇੱਕ ਬੰਦਾ ਅਗਲਾ ਜਿਹੜਾ ਅਗਲੀ ਗੱਡੀ ਡਰਾਈਵਰ ਜਦੋਂ ਉਹ ਕਹੀ ਜਾਵੇ ਗੋਲੀ ਮਾਰ ਗੋਲੀ ਮਾਰ, ਕਹਿੰਦਾ ਜੀ ਮੁੰਦਰੀਆਂ ਦਿਓ, ਮੈਂ 2 ਮੁੰਦਰੀਆਂ ਲਾਤੀਆਂ, ਪੈਸੇ ਮੇਰੇ ਕੋਲ ਪੈਸੇ 30,000 ਰੁਪਈਆ ਜੇਬ 'ਚ, ਉਹ ਮੈਂ ਫੜਾਤਾ, ਕਹਿੰਦਾ ਪੈਸੇ ਕੱਢੋ ਜਿੰਨੇ ਹੈਗੇ, ਮੈਂ ਲਓ ਜੀ ਮੋਬਾਈਲ ਮੇਰਾ ਫੜ ਲਿਆ, ਮੇਰਾ ਇੱਕ ਲੇਬਰ ਦਾ ਬੰਦਾ ਸੀ ਨਾਲ, 2 ਬੰਦੇ ਸੀ, ਇੱਕ ਕੋਲ ਮੋਬਾਈਲ ਹੈਗਾ ਸੀ ਉਹਦਾ ਹੀ ਫੜ ਲਿਆ ਅਤੇ ਉਹ ਚਲ ਗਏ ਜੀ। ਜਾਂਦੇ ਜਾਂਦੇ ਵੀ ਸਾਨੂੰ ਇਹੋ ਕਹਿੰਦੇ ਨੇ ਗੋਲੀ ਮਾਰ ਦਿੰਦੇ, ਉਹ ਗੱਡੀ ਸਟਾਰਟ ਨਹੀਂ ਹੋਈ, ਮੈਂ ਸਟਾਰਟ ਕੀਤੀ ਚਾਬੀ ਉਹਨੂੰ ਪੁਲਿਸ ਨੂੰ, ਫਿਰ ਸ਼ਿਕਾਇਤ ਮੈਂ ਹੀ ਲੱਗ ਗਿਆ ਆਪਣੇ ਉਹ ਢਾਬੇ ਢੁਬੇ ਅੱਗੇ, ਮੋਬਾਈਲ ਮੰਗਿਆ ਕਿਸੇ ਨੇ ਮੋਬਾਈਲ ਨਹੀਂ ਉਹਨੂੰ ਦਿੱਤਾ। ਉਸ ਦੁਬਾਰਾ 2-4 ਮਿੰਟ ਚਲ ਗਏ ਜਦੋਂ ਉਹ ਫਿਰ ਬੰਦਾ ਮਾਲਕ ਦਾ ਢਾਬੇ ਦਾ ਨਾਲ ਦਾ ਮਾਲਕ ਆਇਆ, ਉਹ ਕਹਿੰਦਾ ਜੀ ਉਹ ਆਇਆ ਕਹਿੰਦਾ ਉਹਨਾਂ ਨੂੰ ਵੀ ਭਾਈ ਕੀ ਹੋਇਆ, ਮੈਂ ਕਿਹਾ ਜੀ ਆਹ ਵਾਕਿਆ ਹੋਇਆ। ਉਹਨੇ ਫਿਰ SSO ਸਾਹਿਬ ਦਾ ਫੋਨ ਕੀਤਾ, SSO ਸਾਹਿਬ 15-20 ਮਿੰਟ ਬਾਅਦ ਤੱਕ ਆ ਹੀ ਗਏ, 20 ਮਿੰਟ ਇਹ 2 ਵਜੇ ਤੋਂ ਲੈ ਕੇ 2:10 ਰਾਤ। ਮੈਂ ਪਲਾਸਟਿਕ ਤਰਪਾਲ ਲਗਾ, ਮੈਂ ਫਿਰੋਜ਼ਪੁਰ ਗਿਆ ਜੀ ਕੰਮ ਦੇ ਲਿਆ ਜੀ।
ਤੇ ਉੱਥੋਂ ਤੁਸੀਂ ਜਾਣਾ ਕਿੱਥੇ ਜੀ? ਮੈਂ ਬਟਾਲੇ ਜਾਣਾ ਵਾਪਸੀ। ਜਿਹੜੇ ਹਾਲਾਤ ਕਿਹੋ ਜਿਹੇ ਹੋ ਗਏ, ਸ਼ਰੇਆਮ ਖੋਵਾਂ ਹੁੰਦੀਆਂ, ਇਹ ਸ਼ਰੇਆਮ ਖੋ ਹਾਲਾਤ ਹੋ ਗਏ, ਮਾੜੇ ਹੋ ਗਏ ਜੀ। ਇਹਦੇ ਪ੍ਰਸ਼ਾਸਨ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਇਹਨਾਂ ਦਾ ਬਹੁਤ ਮਾੜਾ ਹਾਲਾਤ ਆ। ਇਹਦੇ ਪਰਮਾਤਮਾ ਅਸੀਂ ਕਹਿੰਦੇ ਸ਼ੁਕਰ ਮਾਲਕ ਦਾ ਮੈਂ ਕਰਨੇ ਆ ਵੀ ਮੈਂ ਬਚ ਗਿਆ। ਗੱਡੀ ਕਿਹੜੀ ਤੁਹਾਡੀ? ਗੱਡੀ ਮੇਰੀ ਬਰੀਜਾ ਸੀ, ਆਟੋਮੈਟਿਕ। ਉਹ ਗੱਡੀ ਵੀ ਵਾਈਟ ਸੀ ਗੱਡੀ ਉਹਨਾਂ ਦੀ, ਮੈਂ ਕਰੇਟਾ ਸੀ ਕਿ ਕਿਹੜੀ ਸੀ, ਉਹਨਾਂ ਨੇ ਨੰਬਰ ਪਲੇਟ 'ਤੇ ਮਿੱਟੀ ਲਾਈ। ਬੰਦੇ ਕਿੰਨੇ ਸੀ? ਬੰਦੇ ਉਹ ਤਿੰਨ, ਦੋ ਬਾਹਰ ਆਏ, ਇੱਕ ਰਿਵਾਲਵਰ ਲੈ ਗਏ, ਇੱਕ ਤਲਵਾਰ ਲੈ ਗਏ। ਇੱਕ ਜਿਹੜਾ ਅੰਦਰ ਬੈਠਾ ਡਰਾਈਵਰ ਆਪਣੀ ਗੱਡੀ 'ਚ ਡਰਾਈਵਰ, ਉਹ ਇਹੋ ਕਹੀ ਜਾਵੇ ਮਾਰ, ਗੋਲੀ ਮਾਰ ਮਾਰਿਆਂ ਨੂੰ। ਬਸ ਇਹੀ ਕਹਿੰਦਾ ਅਸੀਂ ਤਾਂ ਸ਼ੁਕਰ ਪਰਮਾਤਮਾ ਰਮ ਕਰਦੇ ਹਾਂ। ਮੇਰਾ ਰਜਿੰਦਰ ਕੁਮਾਰ ਜੀ। ਉਹ ਸਰ ਰਜਿੰਦਰ ਸਿੰਘ ਸਨ, ਉਹ ਸਤਪਾਲ ਸਿੰਘ ਵਾਸੀ ਬਟਾਲਾ, ਤਰਪਾਲਾਂ ਦਾ ਕੰਮ ਕਰਦਾ ਸੀ। ਕੱਲ੍ਹ ਉਹ ਫਿਰੋਜ਼ਪੁਰ ਗਿਆ ਸੀ, ਰਾਤ ਉਹ 2 ਵਜੇ ਵਾਪਸ ਆਇਆ ਅਤੇ ਇਹ ਆਪਣੇ ਤੱਤਲ ਅੱਡੇ ਦੇ ਨਜ਼ਦੀਕ ਗੁਰਦੁਆਰਾ ਹੈਗਾ ਕਰਮਸਰ, ਉੱਥੇ ਰੋਕ ਕੇ 3 ਬੰਦਿਆਂ ਨੇ ਉਹਦੀ ਕਾਰ ਜਿਹੜੀ ਉਹ ਖੋਹ ਕੇ ਲੈ ਗਏ। ਉਹਦੇ 'ਚ ਉਹਦੇ 2 ਮੋਬਾਈਲ ਸੀ, 2 ਮੁੰਦਰੀਆਂ ਅਤੇ ਕੋਈ 30,000 ਰੁਪਇਆ। ਉਹਦੀ CCTV ਕੈਮਰੇ 'ਚ ਭਾਲ ਕਰ ਰਹੇ ਹਾਂ ਅਤੇ FIR ਦਰਜ ਕਰਕੇ ਕਾਰਵਾਈ, ਲੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ।